ਾਰੇ ਵਿਦਿਆਰਥੀ ਅੱਜ ਦਾ ਆਪਣਾ ਟੌਪਿਕ ਹੈ ਦਸ਼ਮਲਵ ਵਾਲੀਆਂ ਸੰਖਿਆਵਾਂ ਦਾ ਜੋੜ ਘਟਾਓ ਗੁਣਾ ਅਤੇ ਭਾਗ ਇਹ ਇਹ ਪ੍ਰੋਬਲਮ ਆਪਾਂ ਨੂੰ ਅਕਸਰ ਹੀ ਰਹਿੰਦੀ ਹੈ ਵੀ ਪੁਆਇੰਟ ਵਾਲੀਆਂ ਸੰਖਿਆਵਾਂ ਦਾ ਜੋੜ ਕਰਨਾ ਜਾਂ ਗੁਣਾ ਕਰਨਾ ਜਾਂ ਭਾਗ ਕਰਨਾ ਬੱਚੇ ਅਕਸਰ ਹੀ ਗਲਤੀਆਂ ਕਰਦੇ ਰਹਿੰਦੇ ਨੇ ਤੇ ਆਪਾਂ ਬੜੀ ਬਰੀਕੀ ਨਾਲ ਇਹ ਚਾਰੀ ਚੀਜ਼ਾਂ ਸਿਖਾਂਗੇ ਜਿਵੇਂ ਕਿ ਪਹਿਲਾ ਸਵਾਲ ਹੈ 2.3 ਦੇ ਵਿੱਚ 4 3.4 ਜੋੜਨੇ ਨੇ ਜਦੋਂ ਆਪਾਂ ਜੋੜ ਕਰਨਾ 2.3 ਜਦੋਂ ਆਪਾਂ ਅਗਲੀ ਸੰਖਿਆ ਲਿਖਣੀ ਹੈ ਤਾਂ ਪੁਆਇੰਟ ਦੇ ਥੱਲੇ ਪੁਆਇੰਟ ਰੱਖਣਾ ਚਾਹੇ ਦੂਜੀ ਸੰਖਿਆ ਦੇ ਵਿੱਚ ਸੰਖਿਆਵਾਂ ਜ਼ਿਆਦਾ ਨੇ ਚਾਹੇ ਘੱਟ ਨੇ ਤੁਸੀਂ ਪੁਆਇੰਟ ਦੇ ਥੱਲੇ ਪੁਆਇੰਟ ਰੱਖਣਾ ਜਿਵੇਂ 3.4 ਹੈ ਇੱਥੇ ਪੁਆਇੰਟ ਦੇ ਥੱਲੇ ਪੁਆਇੰਟ ਰੱਖਣਾ ਪੁਆਇੰਟ ਤੋਂ ਪਹਿਲਾਂ 3 ਇੱਥੇ 4 ਇਹਨਾਂ ਦਾ ਜੋੜ ਕਰ ਦਿਓ ਠੀਕ ਹੈ ਜੀ 3 ਤੇ 4 7 ਪੁਆਇੰਟ ਦਾ ਪੁਆਇੰਟ 2 ਤੇ 3 5 ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸਵਾਲ ਆਪਾਂ ਇਹ ਵੀ ਲਿਖਿਆ ਹੋਇਆ ਵੀ ਜੇ ਸਵਾਲ ਦੇ ਵਿੱਚ ਇੱਕ ਸਵਾਲ ਦੇ ਵਿੱਚ ਪੁਆਇੰਟ ਹੈ ਇੱਕ ਦੇ ਵਿੱਚ ਪੁਆਇੰਟ ਨਹੀਂ ਹੈ ਠੀਕ ਹੈ ਜੀ ਇਹ ਇੱਕ ਦੇ ਵਿੱਚ 2.03 ਜੋੜਨੇ ਨੇ ਜ਼ਿਆਦਾਤਰ ਬੱਚੇ ਕੀ ਕਰਦੇ ਨੇ 2.03 ਲਿਖ ਕੇ ਇਹਦੇ ਵਿੱਚ ਇੱਕ ਜੋੜ ਦਿੰਦੇ ਨੇ ਇਹ ਬਣ ਗਿਆ 4.0 ਇਹ ਗਲਤ ਹੈ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇਹ ਦੇਖੋ ਵੀ ਜਿਹੜੀ ਸੰਖਿਆ ਦੇ ਵਿੱਚ ਪੁਆਇੰਟ ਹੈ ਉਹਦੇ ਵਿੱਚ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਨੇ ਜਿਵੇਂ ਇਹਦੇ ਵਿੱਚ ਪੁਆਇੰਟ ਤੋਂ ਬਾਅਦ 1 ਤੇ 2 ਨੇ ਡੋਲੇ ਡਿਜੀਟ ਨੇ 0 ਤੇ 3 ਇਸੇ ਤਰ੍ਹਾਂ ਜਿਹੜੀ ਸੰਖਿਆ ਦੇ ਵਿੱਚ ਪੁਆਇੰਟ ਨਹੀਂ ਹੈ ਆਪਾਂ ਉਹ ਸੰਖਿਆ ਦੇ ਵਿੱਚ ਵੀ ਪੁਆਇੰਟ ਲਾ ਲੈਣਾ ਆਪਾਂ ਕਿਸੇ ਸੰਖਿਆ ਤੋਂ ਬਾਅਦ ਪੁਆਇੰਟ ਲਾ ਸਕਦੇ ਹਾਂ ਜਿਵੇਂ ਆਪਣੇ ਕੋਲ 9 ਲਿਖਿਆ ਹੋਵੇ ਆਪਾਂ 9 ਦੇ ਬਾਅਦ 0 ਪੁਆਇੰਟ ਲਾ ਕੇ 0 ਲਾ ਸਕਦੇ ਹਾਂ ਇੱਥੇ ਪੁਆਇੰਟ ਤੋਂ ਬਾਅਦ ਦੋ ਅੱਖਰ ਨੇ ਤਾਂ ਆਪਾਂ ਨੇ ਦੋ ਜ਼ੀਰੋਆਂ ਇਹਦੇ ਨਾਲ ਲਾ ਲੈਣੇ ਨੇ ਠੀਕ ਹੈ ਜੀ ਹੁਣੇ ਬਰਾਬਰ ਹੋ ਗਏ ਇੱਥੇ ਵੀ ਪੁਆਇੰਟ ਤੋਂ ਬਾਅਦ ਦੋ ਡਿਜੀਟ ਨੇ ਇੱਥੇ ਵੀ ਪੁਆਇੰਟ ਤੋਂ ਬਾਅਦ ਦੋ ਡਿਜੀਟ ਆਉਂਦੇ ਨੇ ਹੁਣ ਪੁਆਇੰਟ ਦੇ ਥੱਲੇ ਪੁਆਇੰਟ ਰੱਖੋ 2 0 3 ਪਲੱਸ ਠੀਕ ਹੈ ਜੀ ਹੁਣ ਸਿੰਪਲੀ ਪਲੱਸ ਕਰ ਦਿਓ ਠੀਕ ਹੈ ਜੀ ਇਹ ਬਹੁਤ ਸਿੰਪਲ ਹੈ ਫਸਟ ਤੁਸੀਂ ਇਹ ਯਾਦ ਰੱਖਣਾ ਵੀ ਪੁਆਇੰਟ ਦੇ ਥੱਲੇ ਪੁਆਇੰਟ ਰੱਖਣਾ ਤੁਸੀਂ ਇਹ ਨਹੀਂ ਕਹਿਣਾ ਵੀ ਇਹ ਸੰਖਿਆ ਦੇ ਵਿੱਚ ਅੱਖਰ ਘਟਨੇ ਜੇ ਕਿਸੇ ਸੰਖਿਆ ਦੇ ਵਿੱਚ ਡਿਜੀਟ ਘਟਨੇ ਨਾ ਤੁਸੀਂ ਉਸ ਦੇ ਵਿੱਚ ਡਿਜੀਟ ਆਪਣੇ ਕੋਲੋਂ ਲਾ ਲੈਣਨੇ ਆ। ਹੁਣ ਆਪਾਂ ਕੁਝ ਕਰਦੇ ਆ ਘਟਾਓ ਦੇ ਸਵਾਲ। ਜਿਵੇਂ ਕਿ ਆਪਣੇ ਕੋ ਅਗਲਾ ਸਵਾਲ ਹੈ ਘਟਾਓ ਦਾ 7.4 3.9 ਠੀਕ ਹੈ ਜੀ। 7.4 ਦੇ ਵਿੱਚੋਂ 3.9 ਕੱਢਣੇ ਨੇ। ਪੁਆਇੰਟ ਦੇ ਥੱਲੇ ਪੁਆਇੰਟ ਰੱਖਣਾ। 3.9 ਠੀਕ ਹੈ ਜੀ। ਚਾਰ ਛੋਟਾ ਨੌ ਵੱਡਾ ਜੋ ਇਥੇ ਲਈ ਇਧਰੋਂ ਤੁਹਾਨੂੰ ਹਾਸਲ ਲੈਣਾ ਪਵੇਗਾ ਇਧਰੋਂ ਇੱਕ ਇਧਰ ਲੈ ਕੇ ਜੋਵੇ 14 ਬਣਗੇ ਠੀਕ ਹੈ ਜੀ ਇਹ ਰਹਿ ਗਏ 6 14 ਜਿਨਾਂ ਕੱਢੀਏ 5 ਤੇ 6 ਚ ਤਿੰਨ ਕੱਢੀਏ 10 ਠੀਕ ਹੈ ਜੀ ਇਹ ਬਹੁਤ ਸੌਖਾ ਸੀ ਤੇ ਤੁਸੀਂ ਵੈਸੇ ਯਾਦ ਰੱਖਣਾ ਵੀ ਪੁਆਇੰਟ ਦੇ ਥੱਲੇ ਪੁਆਇੰਟ ਰੱਖਣਾ ਪ੍ਰੋਬਲਮ ਕਿੱਥੇ ਆਉਂਦੀ ਹੈ ਮੰਨ ਲਓ ਆਪਾਂ ਨੇ 1 ਦੇ ਵਿੱਚੋਂ 0. 75 ਘਟਾਉਨੇ ਨੇ ਠੀਕ ਹੈ ਜੀ ਹੁਣ ਇਹ ਸੰਖਿਆ ਦੇ ਵਿੱਚ ਪੁਆਇੰਟ ਨਹੀਂ ਹੈ ਇਹਦੇ ਵਿੱਚ ਹੈਗਾ ਸਿਰਫ ਸੇਮ ਉਸੇ ਸਵਾਲ ਵਾਂਗ ਵੀ ਇਹਦੇ ਵਿੱਚ ਜਿਹੜੇ ਪੁਆਇੰਟ ਨਹੀਂ ਹੈ ਤਾਂ ਆਪਾਂ ਪੁਆਇੰਟ ਲਾ ਲੈਣਾ ਆਪਾਂ ਕੀ ਕਰਨਾ ਇੱਕ ਇੱਥੇ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਨੇ ਦੋ ਤਾਂ ਇੱਥੇ ਪੁਆਇੰਟ ਲਓ ਦੋ ਜ਼ੀਰੋਆਂ ਲਾ ਲਓ ਠੀਕ ਹੈ ਜੀ ਮਾਈਨਸ ਹੁਣ ਪੁਆਇੰਟ ਦੇ ਥੱਲੇ ਪੁਆਇੰਟ ਰੱਖੋ ਪੁਆਇੰਟ ਤੋਂ ਪਹਿਲਾਂ ਜ਼ੀਰੋ ਹੈ ਪੁਆਇੰਟ ਤੋਂ ਬਾਅਦ 7 5 ਠੀਕ ਹੈ ਜੀ ਘਟਾਓ ਕਰ ਦਿਓ ਇੱਧਰੋਂ ਇੱਕ ਹਸਲ ਲਿਆ ਇੱਥੇ 0 0 ਚੋਂ 5 ਨਿਕਲ ਨਹੀਂ ਸਕਦੇ ਇਤੋਂ ਹਸਲ ਲਿਆ ਇੱਥੇ 10 ਬਣਗੇ ਇੱਥੇ 0 ਰਹੇਗੀ ਠੀਕ ਹੈ ਜੀ 10 ਚੋਂ ਇੱਧਰ ਇੱਕ ਹਸਲ ਲਿਆ ਇੱਥੇ 10 ਬਣਗੇ ਇੱਥੇ 9 ਰਹੇਗੀ 10 ਚੋਂ 5 ਕੱਢੀਏ 5 9 ਚੋਂ 4 ਦੋ ਕੱਢੀਏ 9 ਚੋਂ 7 ਕੱਢੀਏ 2.0 ਦਾ 0 ਠੀਕ ਹੈ ਜੀ ਆਏ ਆਪਣੇ ਕੋ ਅਨਸਰ ਆ ਗਿਆ ਤੁਸੀਂ ਧਿਆਨ ਰੱਖਣਾ ਜਦੋਂ ਤੁਸੀਂ ਬਿਨਾ ਪੁਆਇੰਟ ਵਾਲੀ ਸੰਖਿਆ ਜੋ ਪੁਆਇੰਟ ਵਾਲੀ ਸੰਖਿਆ ਘਟਾਉਣੀ ਹੈ ਤਾਂ ਤੁਸੀਂ ਪੁਆਇੰਟ ਆਪ ਦੇ ਕੋਲੋਂ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਕੁਝ ਗੁਣਾ ਦੇ ਸਵਾਲ ਗੁਣਾ ਦੇ ਵੀ ਇਦਾਂ ਦੇ ਹੀ ਨੇ ਅ ਜਿਵੇਂ ਕਿ ਅਗਲਾ ਸਵਾਲ ਮੈਂ ਗੁਣਾ ਦਾ ਲਿਖਦਾ ਅਗਲਾ ਹੈ 11. 2 ਇਹਨੂੰ ਮੰਨ ਲਓ ਆਪਾਂ ਗੁਣਾ ਕਰਨੀ ਹੈ ਅ ਕਿਸੇ ਵੀ ਸੰਖਿਆ ਨਾਲ ਮੰਨ ਲਓ 3 ਲਿਖ ਦਿੰਨੇ ਆ ਸਿੰਪਲੀ ਪਹਿਲਾਂ ਗੁਣਾ ਕਰ ਦੋ 3 2 6 3 ਦਾ 3 3 ਦਾ 3 ਹੁਣ ਦੇਖੋ ਇੱਥੇ ਪੁਆਇੰਟ ਤੋਂ ਬਾਅਦ ਆਪਾਂ ਦੇਖਣਾ ਵੀ ਇੱਧਰ ਇਹ ਸੰਖਿਆ ਦੇ ਵਿੱਚ ਇਹ ਦੋਨੋਂ ਸੰਖਿਆਵਾਂ ਨੇ ਜਿਹੜੀਆਂ ਪੁਆਇੰਟ ਕਿੰਨਿਆਂ ਦੇ ਵਿੱਚ ਆਉਂਦਾ ਸਿਰਫ ਇੱਕ ਦੇ ਵਿੱਚ ਪੁਆਇੰਟ ਆ ਰਿਹਾ ਉਹ ਹੈਗਾ ਇੱਥੇ ਤੇ ਇੱਥੇ ਆਪਾਂ ਚੈੱਕ ਕਰਨਾ ਵੀ ਇਹ ਸੱਜੇ ਹੱਤੋਂ ਕਿੰਨੇ ਅੱਖਰ ਛੱਡ ਕੇ ਪੁਆਇੰਟ ਆਉਂਦਾ ਜਿਵੇਂ ਇੱਥੇ ਆ ਪੁਆਇੰਟ ਆ ਹੁਣ ਇਹਨੂੰ ਇੱਧਰੋਂ ਨਹੀਂ ਗਿਣਨਾ ਆਪਾਂ ਨੇ ਇੱਧਰੋਂ ਗਿਣਨਾ ਜਿਵੇਂ ਆਪਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਕਰਦੇ ਹੁੰਦੇ ਆ 1 10 1000 ਕਰਦੇ ਆ ਠੀਕ ਹੈ ਜੀ ਇੱਧਰੋਂ ਆਪਾਂ ਗਣਿਆ ਇੱਕ ਅੱਖਰ ਛੱਡਿਆ ਆਪਾਂ ਨੂੰ ਇੱਕੋ ਵਾਰ ਪੁਆਇੰਟ ਆ ਗਿਆ ਠੀਕ ਹੈ ਜੀ ਸਿਰਫ ਇੱਕੋ ਪੁਆਇੰਟ ਹੈ ਇਸੇ ਤਰ੍ਹਾਂ ਆਪਾਂ ਇੱਧਰੋਂ ਇੱਕ ਅੱਖਰ ਛੱਡਾਂਗੇ ਇੱਥੇ ਪੁਆਇੰਟ ਲਾ ਦਾਂਗੇ ਠੀਕ ਹੈ ਜੀ ਇਹ ਆਪਣਾ ਆਨਸਰ ਆ ਗਿਆ ਹੁਣ ਅਗਲੇ ਆਪਾਂ ਸਵਾਲ ਇੱਕ ਉਹ ਕਰਦੇ ਆ ਜਿਹੜੀ ਸੰਖਿਆ ਦੇ ਦੋ ਜਿਹੜੀਆਂ ਸੰਖਿਆ ਆ ਵਿੱਚ ਦੋਨਾਂ ਚ ਗੁਣਾ ਹੋਵੇ ਜਿਵੇਂ ਕਿ ਮੈਂ ਕੋਈ ਵੀ ਲਿਖ ਲੈਣਾ 12.3 ਤੇਨੂੰ ਤੁਸੀਂ ਗੁਣਾ ਕਰਨੀ ਹੋਵੇ 1.4 ਨਾਲ ਠੀਕ ਹੈ ਜੀ ਗੁਣਾ ਕਰਨੀ ਉਹਦੇ ਨੂੰ 1.4 ਨਾਲ ਪਹਿਲਾਂ ਸਿੰਪਲੀ ਗੁਣਾ ਕਰ ਦੇਣੀ ਆ ਤੁਸੀਂ ਪੁਆਇੰਟ ਨੂੰ ਬਿਲਕੁਲ ਨਹੀਂ ਦੇਖਣਾ ਸਿੰਪਲੀ ਗੁਣਾ ਕਰ ਦੇਣੀ ਆ 4 3 12 4 2 8 1 1 ਹਸਲ ਆਇਆ ਸੀ ਆਪਣਾ 9 4 1 4 ਇੱਥੇ ਗੁਣਾ 3 1 ਨੂੰ ਦੋ ਨਾਲ ਕੀਤਾ 2 1 ਨੂੰ 1 ਨਾਲ ਕੀਤਾ 1 ਉਸ ਤੋਂ ਬਾਅਦ 2 9 3 12 4 2 6 1 ਦਾ 1 ਠੀਕ ਹੈ ਜੀ ਹੁਣ ਆਪਾਂ ਨੇ ਲਾਉਣਾ ਪੁਆਇੰਟ ਹੁਣ ਦੇਖੋ ਇੱਥੇ ਦੋਨੋਂ ਸੰਖਿਆਵਾਂ ਦੇ ਵਿੱਚ ਪੁਆਇੰਟ ਹੈ ਇੱਥੇ ਪੁਆਇੰਟ ਆਪਾਂ ਮੈਥ ਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਨੇ ਸੱਜੇ ਹੱਥੋਂ ਦੇਖਣਾ ਇੱਥੇ ਪੁਆਇੰਟ ਇੱਕ ਛੱਡ ਗਿਆ ਪਹਿਲੀ ਸੰਖਿਆ 'ਚ ਦੂਜੀ ਸੰਖਿਆ 'ਚ ਵੀ ਇੱਕ ਛੱਡ ਗਿਆ ਠੀਕ ਹੈ ਜੀ ਕਿੰਨਾ ਹੋਗਾ ਮਤਲਬ 2 ਹੁਣ ਆਪਾਂ ਨੇ ਅਗਲੀ ਜਿਹੜਾ ਆਪਣਾ ਆਨਸਰ ਆਇਆ ਉਹਦੇ ਵਿੱਚ 2 ਛੱਡ ਕੇ ਪੁਆਇੰਟ ਲਾਉਣਾ ਸੱਜੇ ਹੱਥੋਂ ਆ ਛੱਡਦਾ ਆ ਛੱਡਦਾ ਪੁਆਇੰਟ ਲੱਗ ਗਿਆ ਇੱਥੇ 1 2 ਹੁਣ ਦੇਖੋ ਪੁਆਇੰਟ ਤੋਂ ਬਾਅਦ ਦੋ ਅੱਖਰ ਨੇ ਤਾਂ ਆਪਣੇ ਆਪਣਾ ਆਨਸਰ ਬਿਲਕੁਲ ਸਹੀ ਹੈ ਠੀਕ ਹੈ ਜੀ ਜੇ ਮੰਨ ਲਓ ਪਹਿਲੀ ਸੰਖਿਆ ਦੇ ਵਿੱਚ ਇੱਕ ਛੱਡ ਕੇ ਹੋਵੇ ਦੂਸਰੀ ਸੰਖਿਆ ਅਜ 2 ਛੱਡ ਕੇ ਹੋਵੇ ਤਾਂ ਆਪਾਂ ਤਿੰਨ ਛੱਡ ਕੇ ਪੁਆਇੰਟ ਲਾਵਾਂਗੇ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਇਸੇ ਤਰ੍ਹਾਂ ਕੁਝ ਡਿਵਾਈਡ ਦੇ ਸਵਾਲ ਨੇ ਜੋ ਤੁਸੀਂ ਭਾਗ ਦੇ ਸਵਾਲ ਨੇ ਉਹ ਵੀ ਤੁਸੀਂ ਚੰਗੀ ਤਰ੍ਹਾਂ ਸਮਝਣੇ ਨੇ ਜੇ ਮੈਂ ਇੱਕ ਕੁਐਸਚਨ ਹੈ 13.5 ਨੂੰ ਭਾਗ ਕਰਨਾ ਤੁਸੀਂ 1.5 ਜੇ ਆਪਾਂ ਇਹਨੂੰ ਇਸ ਤਰ੍ਹਾਂ ਲਿਖ ਲਈਏ ਹੁਣ ਜੇ ਭਾਗ ਕਰਨਾ ਇਹਨੂੰ ਇਸ ਤਰ੍ਹਾਂ ਲਿਖ ਲਓ ਪਹਿਲਾਂ 13.5 ਵਟੇ 1.5 ਜਦੋਂ ਆਪਾਂ ਵਟੇ ਕਹਿੰਦੇ ਆ ਜਾਂ ਓਵਰ ਕਹਿੰਦੇ ਆ ਜਾਂ ਬਾਏ ਕਹਿੰਦੇ ਆ ਠੀਕ ਹੈ ਜੀ ਇਹਨਾਂ ਦਾ ਮਤਲਬ ਭਾਗ ਹੀ ਹੁੰਦਾ ਚਾਹੇ ਵਟੇ ਕਹੇ ਲੋ ਚਾਹੇ ਓਵਰ ਕਹੇ ਲੋ ਚਾਹੇ ਬਾਏ ਕਹੇ ਲੋ ਅਪੌਨ ਕਹੇ ਲੋ ਸਾਰਿਆਂ ਦਾ ਮਤਲਬ ਭਾਗ ਹੀ ਹੁੰਦਾ ਹੁਣ ਦੇਖੋ ਜੇ ਆਪਾਂ ਇੱਥੇ ਪੁਆਇੰਟ ਖਤਮ ਕਰ ਦੇਈਏ ਹੁਣ ਮੈਥੇ ਪੁਆਇੰਟ ਖਤਮ ਕਰਦਾ ਹੁਣ ਆਪਾਂ ਸਿੱਧਾ ਹੀ ਤਾਂ ਪੁਆਇੰਟ ਖਤਮ ਨਹੀਂ ਕਰ ਸਕਦੇ ਵੀ ਲੋ ਜੀ ਅਗਲੇ ਸਟੈਪ ਦੇ ਵਿੱਚ ਆਪਾਂ ਪੁਆਇੰਟ ਨਹੀਂ ਲਿਖਿਆ ਆਪਾਂ ਨੂੰ ਕੋਈ ਮੈਥਡ ਦਾ ਲਾਉਣਾ ਪੈਗਾ ਵੀ ਆਪਾਂ ਪੁਆਇੰਟ ਕਿਦਾਂ ਖਤਮ ਕੀਤਾ ਦੇਖੋ ਇੱਥੇ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਨੇ ਪੁਆਇੰਟ ਤੋਂ ਬਾਅਦ ਸਿਰਫ 5 ਹੈ ਆਪਾਂ ਨੇ ਕੀ ਕਰਨਾ ਸਿਰਫ ਇੱਕ ਡਿਜੀਟ ਆ ਆਪਾਂ ਥੱਲੇ ਵਾਲੀ ਸੰਖਿਆ ਦੇ ਨਾਲ ਇੱਕ ਜ਼ੀਰੋ ਲਾ ਦੇਣੀ ਹੈ ਹੁਣ ਦੇਖੋ ਥੱਲੇ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਨੇ ਇੱਕ ਇਸੇ ਤਰ੍ਹਾਂ ਆਪਾਂ ਉੱਪਰ ਵਾਲੀ ਸੰਖਿਆ ਦੇ ਨਾਲ ਜ਼ੀਰੋ ਲਾ ਦੇਣੀ ਠੀਕ ਹੈ ਜੀ ਬਹੁਤ ਸਿੰਪਲ ਹੈ ਜਿਨਨੇ ਉੱਪਰ ਪੁਆਇੰਟ ਤੋਂ ਬਾਅਦ ਡਿਜੀਟ ਨੇ ਉਨੀਆਂ ਜ਼ੀਰੋਆਂ ਥੱਲੇ ਵਾਲੀ ਸੰਖਿਆ ਨਾਲ ਲਾ ਦੋ ਜੇ ਥੱਲੇ ਨਹੀਂ ਹੈ ਤਾਂ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਜ਼ੀਰੋ ਨਾਲ ਜ਼ੀਰੋ ਕੱਟੀ ਗਈ ਆਪਣੇ ਕੋਲ ਬਚਿਆ 135 ਵਟੇ 15 ਹੁਣ ਇਹਨੂੰ ਤੁਸੀਂ 15 ਦੇ ਪਹਾੜੇ ਨਾਲ ਵੀ ਕੱਟ ਸਕਦੇ ਹੋ 3 ਦੇ ਪਹਾੜੇ ਨਾਲ ਵੀ ਕੱਟ ਸਕਦੇ ਹੋ 5 ਦੇ ਪਹਾੜੇ ਨਾਲ ਵੀ ਕੱਟ ਸਕਦੇ ਹੋ ਠੀਕ ਹੈ ਜੀ 15 1 15 15 ਨਾਲ 135 9 ਵਟਾ 1 ਜਾਨੀਗੇ ਨੋ ਅਨਸਰ ਠੀਕ ਹੈ ਜੀ ਇੱਕ ਹੋਰ ਕੁਐਸਚਨ ਹੈ ਜਿਹਦੀ ਪ੍ਰੋਬਲਮ ਅਕਸਰ ਹੀ ਵੱਡੀਆਂ ਜਮਾਤਾਂ 'ਚ ਵਿੱਚ ਆਉਂਦੀ ਹੈ 8ਵਾਂ ਮੰਨ ਲਓ ਤੁਹਾਡੇ ਕੋਲ ਹੈ 10.5 ਇਹਨੂੰ ਭਾਗ ਕਰਨਾ 7 ਨਾਲ ਠੀਕ ਹੈ ਜੀ ਮੈਂ ਤੁਹਾਨੂੰ ਕਹਾਂ ਸੀ ਵੀ ਇਹਨੂੰ ਵਟਿਆਂ 'ਚ ਲਿਖ ਲਓ 3.5 7 ਸਤ ਠੀਕ ਹੈ ਜੀ ਹੁਣ ਅਗਲੇ ਸਟੈਪ ਦੇ ਵਿੱਚ ਆਪਾਂ ਇਹਦਾ ਪੁਆਇੰਟ ਖਤਮ ਕਰ ਦਨੇ ਆ 35 ਵਟੇ 7 ਹੁਣ ਆਪਾਂ ਇਦਾਂ ਹੀ ਤਾਂ ਛੱਡ ਨਹੀਂ ਸਕਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪੁਆਇੰਟ ਤੋਂ ਬਾਅਦ ਇੱਕ ਅੱਖਰ ਹੈ ਇੱਕ ਸੰਖਿਆ ਇੱਕ ਡਿਜਟ ਤਾਂ ਤੁਸੀਂ ਕੀ ਕਰਨਾ ਇੱਕ ਜ਼ੀਰੋ ਥੱਲੇ ਵਾਲਾ ਲਾ ਦੇਣੇ ਠੀਕ ਹੈ ਜੀ ਹੁਣ ਜਿੰਨਾ ਤਾਂ ਚਾਹੋ ਤੁਸੀਂ ਇਹਨੂੰ 5 ਦੇ ਪਹਾੜੇ ਨਾਲ ਘੱਟ ਲਓ ਠੀਕ ਹੈ ਜੀ ਜੇ 35 ਨਾਲ ਵੀ ਘੱਟ ਸਕਦੇ ਹਾਂ ਜਿਵੇਂ ਇਹ ਹੋ ਗਿਆ 5 ਸਤਾ 35 5 ਜੇ ਕਮ 5 ਅ 5 b ਕਿੰਨਾ ਆ ਗਿਆ 7 14 7 1 7 7 2 14 1 2 ਆ ਗਿਆ 1 2 ਕਿੰਨਾ ਹੁੰਦਾ 0.5 ਤੁਸੀਂ ਨਿਭਾਗ ਕਰਕੇ ਦੇਖ ਸਕਦੇ ਹੋ ਠੀਕ ਹੈ ਜੀ ਜੇ ਮੈਂ ਇੱਥੇ ਤੁਹਾਨੂੰ ਭਾਗ ਕਰਕੇ ਦਿਖਾ ਦੇਣਾ ਇੱਕ ਹੁਣ ਜਦੋਂ ਆਪਾਂ 1 2 ਹੈ ਤਾਂ ਆਪਾਂ ਇੱਕ ਵਿੱਚ ਰੱਖਣਾ ਦੋ ਨਾਲ ਭਾਗ ਕਰਨਾ ਠੀਕ ਹੈ ਜੀ ਉੱਪਰਲੀ ਸੰਖਿਆ ਵਿੱਚ ਰੱਖਣੀ ਹੈ نیچے ਵਾਲੀ ਨਾਲ ਭਾਗ ਕਰਨਾ ਨਾ ਜਾਂਦੇ ਜੀ 0 ਠੀਕ ਹੈ ਜੀ ਇੱਥੇ ਪੁਆਇੰਟ ਲਓ ਇੱਥੇ ਪੁਆਇੰਟ ਲਓ 2.5 10 ਠੀਕ ਹੈ ਜੀ ਅਨਸਰ ਆ ਗਿਆ ਆਪਣਾ 0.5 ਜੇ ਇਹੜਾ 3.5 ਸੀਗਾ ਇਹਨੂੰ ਆਪਾਂ ਸਿੱਧਾ ਵੰਡ ਭਾਗ ਕਰ ਸਕਦੇ ਸੀ ਇਹਨੂੰ ਆਪਾਂ ਸਿੱਧਾ ਵੰਡ ਭਾਗ ਕਰ ਸਕਦੇ ਹਾਂ ਦੇਖੋ ਕਿਦਾਂ 3.5 ਨੂੰ ਸਿੱਧਾ ਵਿੱਚ ਰੱਖੋ ਉੱਪਰਲਾ ਜਿਹੜਾ ਹੈਗਾ ਉਹ ਵਿੱਚ ਰੱਖਣਾ 7 ਹੈਗਾ ਜਿਹੜਾ ਉਹ نیچے ਰੱਖਣਾ نیچے ਵਾਲੇ ਦਾ ਹਮੇਸ਼ਾ ਭਾਗ ਕਰੀਦੀ ਹੈ ਇਹ ਨਹੀਂ ਦੇਖੀਦਾ ਵੀ ਕਿਹੜੀ ਸੰਖਿਆ ਵੱਡੀ ਹੈ ਜਾਂ ਕਿਹੜੀ ਛੋਟੀ ਹੈ ਭਾਗ ਹਮੇਸ਼ਾ ਨੀਚੇ ਵਾਲਾ ਨਾ ਕਰਨਾ ਉੱਪਰਲਾ ਵਿੱਚ ਰੱਖਣਾ ਠੀਕ ਹੈ ਜੀ ਅ ਨਾ ਪਹਿਲਾਂ ਨਾ ਜਾਂਦੇ ਜੀ 0 3 ਦਾ 3 ਹੁਣ ਦੇਖੋ ਅਗਲੀ ਸੰਖਿਆ ਤੋਂ ਪਹਿਲਾਂ ਪੁਆਇੰਟ ਆਉਂਦਾ ਤਾਂ ਆਪਾਂ ਇੱਥੇ ਪੁਆਇੰਟ ਲਾ ਦੇਣਾ ਅਗਲੀ ਸੰਖਿਆ ਹੇਠੇ ਲਾਓ 75 35 ਠੀਕ ਹੈ ਜੀ ਕਿੰਨਾ ਅਨਸਰ ਆ ਗਿਆ 0.5 ਦੇਖੋ ਅਨਸਰ ਦੋਨਾਂ ਦਾ ਬਰਾਬਰ ਹੈ ਇੱਧਰ ਵੀ ਇੱਧਰ ਵੀ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਇਆ ਗਿਆ ਹੋਵੇਗਾ ਅੱਜ ਦਾ ਟੌਪਿਕ ਧੰਨਵਾਦ